ਹੈਲੋ ਸਾਰਿਆਂ ਨੂੰ ਰੂਹੀ ਦੀ ਪਿਆਰਪਰੀ ਸਤਿ ਸ੍ਰੀ ਅਕਾਲ ਅਤੇ ਅੱਜ ਜਿਹੜੀ ਤੁਹਾਨੂੰ ਕਹਾਣੀ ਮੈਂ ਸੁਣਾਉਣ ਜਾ ਰਹੀ ਹਾਂ ਇਸ ਦਾ ਨਾਂ ਹੈ ਬਸ਼ੀਰਾ ਅਤੇ ਇਸ ਦੇ ਲੇਖਕ ਹਨ ਨਵਤੇਜ ਸਿੰਘ ਬਸ਼ੀਰਾ ਤੇ ਮੈਂ ਬੜੇ ਚੰਗੇ ਪੈਲੀ ਸਾਂ ਲੁਕਣ ਮਿੱਟੀ ਜਾਂ ਕਿਸੇ ਹੋਰ ਖੇਡ ਵਿੱਚ ਜਦੋਂ ਹਾਣੀ ਬਣਨਾ ਹੁੰਦਾ ਤਾਂ ਅਸੀਂ ਦੋਵੇਂ ਕੋਸ਼ਿਸ਼ ਕਰਦੇ ਕਿ ਅਸੀਂ ਹਾਣੀ ਬਣੀਏ ਜੇ ਕਿਤੇ ਵੱਡਿਆਂ ਤੋਂ ਦਵਾਤ ਡੁੱਲਣ ਤੋਂ ਯਾ ਬਾਲ ਉਮਰ ਦੇ ਹੋਰ ਸੈਂ ਆ ਬਹਾਨਿਆਂ ਤੋਂ ਜੇ ਕੋਈ ਮੇਰੇ ਨਾਲ ਲੜ ਪੈਂਦਾ ਤਾਂ ਉਹ ਨਿਤ ਮੇਰੀ ਮਦਦ ਕਰਦਾ ਜਮਾਤ ਵਿੱਚ ਜੋ ਕੁਝ ਉਹਨੂੰ ਸਮਝਦਾ ਨਾ ਪੈਂਦਾ ਤਾਂ ਮੈਂ ਸਮਝਾ ਦਿੰਦਾ ਇਮਤਿਹਾਨ ਵਿੱਚ ਅਸੀਂ ਇਕੱਠੇ ਤਿਆਰੀ ਕਰਦੇ ਤੇ ਜਿੰਨਾ ਕੁਝ ਮੈਨੂੰ ਆਉਂਦਾ ਹੁੰਦਾ ਮੈਂ ਉਹਨੂੰ ਪੜ੍ਹਾ ਦਿੰਦਾ ਅਸੀਂ ਇੱਕ ਦੂਜੇ ਦੀ ਬਾਹਾਂ ਸਾਂ ਮੈਂ ਛੋਟਿਆਂ ਹੁੰਦਿਆਂ ਤੋਂ ਬਹੁਤੀ ਘੱਟ ਕਦੇ ਰੋਇਆ ਹੋਵਾਂਗਾ ਹਾਂ ਇੱਕ ਵਾਰ ਦਾ ਚੇਤਾ ਹੈ ਮੈਂ ਫਰਨ ਫਰਨ ਰੋਈ ਜਾਂਦਾ ਸੀ ਤੇ ਬਾਸੀ ਨਹੀਂ ਸੀ ਕਰਦਾ ਖੇਡਦਿਆਂ ਖੇਡਦਾਂ ਬਸ਼ੀਰੇ ਨੂੰ ਮੱਥੇ ਦੇ ਵਿੱਚ ਘਾਰ ਵੱਡਾ ਸਾਰਾ ਕਾਮਲੀ ਭੂਣ ਲੜ ਗਿਆ ਤੇ ਉਹਦੇ ਨੱਕ ਵਿੱਚੋਂ ਲਹੂ ਦੀ ਤੇ ਤੀਰੀ ਛੁੱਟ ਪਈ ਸੀ ਤੇ ਮੈਂ ਬੇਵਸਾ ਜਿਹਾ ਹੋ ਕੇ ਰੋਣ ਲੱਗ ਪਿਆ ਸਾਂ ਮੈਨੂੰ ਆਪਣੇ ਮੱਥੇ 'ਚ ਸੋਜ ਚੜਦੀ ਜਾਪੀ ਸੀ ਕਈ ਮੁੰਡੇ ਯਾਰੀ ਤੋਂ ਸੜਦੇ ਹੁੰਦੇ ਸਨ ਮੈਂ ਜਮਾਤ ਵਿੱਚ ਪੜ੍ਹਾਈ ਵਿੱਚ ਸਭ ਤੋਂ ਚੰਗਾ ਸਾਂ ਤੇ ਬਸ਼ੀਰਾ ਖੇਡਾਂ ਦੌੜਾਂ ਵਿੱਚ ਨਾਲੇ ਬਸ਼ੀਰਾ ਗੌਂਦਾ ਬੜਾ ਚੰਗਾ ਸੀ ਤੇ ਸਵੇਰੇ ਪੜ੍ਹਾਈ ਤੋਂ ਪਹਿਲਾਂ ਜਿਹੜੀ ਪ੍ਰੇਅਰ ਹੁੰਦੀ ਸੀ ਉਹਦੇ ਵਿੱਚ ਅਗਵਾਈ ਕਰਦਾ ਹੁੰਦਾ ਸੀ ਬਸ਼ੀਰਾ ਮੇਰੇ ਤੋਂ ਪਹਿਲਾਂ ਦਾ ਇਸ ਸਕੂਲ 'ਚ ਪੜ੍ਹਦਾ ਸੀ ਪਹਿਲਾਂ ਸੁਣਿਆ ਏ ਉਹ ਪੜ੍ਹਾਈ 'ਚ ਬੜਾ ਨਾਲਾਇਕ ਹੁੰਦਾ ਸੀ ਮੈਨੂੰ ਆਪਣੇ ਪਿਛਲੇ ਸਕੂਲ 'ਚ ਡ੍ਰਿਲ ਮਾਸਟਰ ਕੋਲੋਂ ਬੜਾ ਡਰ ਲੱਗਦਾ ਹੁੰਦਾ ਸੀ ਹਾਕੀ ਫੁੱਟਬਾਲ ਤੇ ਹੋਰ ਨਾ ਖੇਡਾਂ ਵਿੱਚੋਂ ਕੁਝ ਵੀ ਮੈਨੂੰ ਨਹੀਂ ਸੀ ਆਉਂਦਾ ਪਰ ਜਦੋਂ ਦਾ ਮੈਂ ਸਕੂਲ 'ਚ ਆਇਆ ਸੀ ਮੇਰਾ ਇਹ ਡਰ हट ਗਿਆ ਸੀ ਤੇ ਮੈਂ ਖੇਡਾਂ 'ਚ ਚੰਗਾ ਹੋ ਗਿਆ ਸਾਂ ਤੇ ਬਸ਼ੀਰਾ ਪੜ੍ਹਾਈ ਵਿੱਚ ਅਜਿਹਾਂ ਜਾਦੂ ਸੀ ਸਾਡੀ ਯਾਰੀ ਦਾ ਬਸ਼ੀਰੇ ਦੀ ਫੁੱਟਬਾਲ ਵਿੱਚ ਕਿੱਕ ਬੜੀ ਮਸ਼ਹੂਰ ਹੁੰਦੀ ਸੀ ਜਦੋਂ ਸਾਡਾ ਮੈਚ ਕਿਸੇ ਹੋਰ ਸਕੂਲ ਨਾਲ ਹੋਣਾ ਹੁੰਦਾ ਤਾਂ ਉਹਨਾਂ ਦੇ ਖਿਡਾਰੀ ਬਸ਼ੀਰੇ ਦੇ ਗੋਡੇ ਗਿੱਟੇ ਭੰਨਣ ਦੀ ਉਡੀਕ ਵਿੱਚ ਹੀ ਰਹਿੰਦੇ ਪਰ ਘਾਟ ਹੀ ਕਦੇ ਉਹਨੂੰ ਸੱਟ ਫੇਟ ਲੱਗਦੀ ਤੇ ਉਹ ਫੁੱਟਬਾਲ ਨੂੰ ਇੰਜ ਘੁਮਾਉਂਦਾ ਕਿ ਤੱਕਣ ਵਾਲੇ ਹੈਰਾਨ ਰਹਿ ਜਾਂਦੇ ਤੇ ਉੱਚੀ ਉੱਚੀ ਉਹਦਾ ਨਾਂ ਲੈ ਕੇ ਉਹਦੀਆਂ ਤਾਰੀਫਾਂ ਕਰਦੇ। ਉਹ ਤਾਰੀਫਾਂ ਮੈਨੂੰ ਚਾਪਦੀਆਂ। ਲੋਕ ਮੇਰੀਆਂ ਕਰ ਰਹੇ ਹੁਣ ਤੇ ਮੈਂ ਫੁੱਟਬਾਲ ਦੇ ਮੈਚ ਵਾਲੇ ਦਿਨ ਆਪਣੇ ਆਪ ਵਿੱਚ ਮਿਉਂਦਾ ਨਹੀਂ ਸਾ ਹੁੰਦਾ। ਮੇਰੇ ਘਰ ਦੇ ਮੇਰਾ ਜਨਮ ਦਿਨ ਮਨਾਉਂਦੇ ਹੁੰਦੇ ਸਨ। ਇਸ ਦਿਨ ਸਾਡੇ ਕਈ ਰਿਸ਼ਤੇਦਾਰ ਮੁੰਡਿਆਂ ਕੁੜੀਆਂ ਨੂੰ ਮਾਤਾ ਜੀ ਸ਼ਰਮ ਬੁਲਾਉਂਦੇ। ਬੜੇ ਸੋਹਣੇ ਕੱਪੜੇ ਪਾਈ ਇਹ ਸੋਹਣੇ ਮੁੰਡੇ ਤੇ ਇਹ ਸੋਹਣੀਆਂ ਕੁੜੀਆਂ ਆਉਂਦੀਆਂ। ਸੋਹਣੀਆਂ ਸੁਬਾਤਾਂ ਲਈ ਖਿਡੌਣੇ ਮੇਰੇ ਮਨ ਨੂੰ ਲਲਚਾਉਂਦੇ ਸਨ ਟੌਫੀਆਂ ਤੇ ਚਾਕਲੇਟ ਜਿਨ੍ਹਾਂ ਦੀ ਅਨੋਖੀ ਮਿਠਾਸ ਗਲੇ ਤੇ ਜੀਭ ਵਿੱਚ ਕਿੰਨੀ ਦੇਰ ਜਿਉਂਦੀ ਰਹਿੰਦੀ ਸੀ ਤੇ ਪਰਦੇਸ਼ ਦੀ ਸੈਰ ਕਰਾਉਂਦੀਆਂ ਮੂਰਤਾਂ ਵਾਲੀਆਂ ਕਿਤਾਬਾਂ ਸੋਹਣੀਆਂ ਕੁੜੀਆਂ ਅੱਖਾਂ ਮਟਕਾ ਮਟਕਾ ਕੇ ਅੰਗਰੇਜ਼ੀ ਵਿੱਚ ਗਾਉਣ ਗਾਉਂਦੀਆਂ ਬਸ਼ੀਰਾ ਚੱਕਦਿਆਂ ਚੱਕਦਿਆਂ ਸ਼ਰਮ ਨਾਲ ਦੂਰਾ ਹੋਇਆ ਇੱਕ ਨੁਕਰੇ ਬੈਠਾ ਰਹਿੰਦਾ ਉਹਨੇ ਗਾਉਣਾ ਤਾਂ ਕੀ ਉਹਦੇ ਮੂੰਹੋਂ ਗੱਲ ਵੀ ਇਹਨਾਂ ਸਾਹਮਣੇ ਨਹੀਂ ਸੀ ਨਿਕਲਦੀ ਇਹਨਾਂ ਸਾਹਮਣੇ ਉਹ ਘਾਟ ਹੀ ਕੁਝ ਖਾਂਦਾ ਮਤੇ ਉਹਦੀ ਕਿਸੇ ਗਲਤੀ ਤੇ ਇਹ ਸਭ ਬਲੈਤੀ ਮਠਿਆਈ ਵਾਂਗ ਸੋਹਣੇ ਕਾਗਜ਼ਾਂ ਵਿੱਚ ਬਲਿੱਟੇ ਹੱਸਣਾ ਪੈਣ ਤੇ ਮੈਨੂੰ ਇਹ ਸਾਰੇ ਅੰਗਰੇਜ਼ੀ ਗੌਣਗੌਂਦੀਆਂ ਕੁੜੀਆਂ ਤੇ ਸੁਗਾਤਾਂ ਲੱਦੇ ਮੁੰਡੇ ਚੰਗੇ ਨਾ ਲੱਗਦੇ ਕਿਉਂਕਿ ਬਸ਼ੀਰਾ ਇਹਨਾਂ ਸਾਹਮਣੇ ਹੱਸਦਾ ਨਹੀਂ ਸੀ ਹਾਸਾ ਜਿਹਦੇ ਵਿੱਚ ਮੈਨੂੰ ਬਾਸਮਤੀ ਖੇਤਾਂ ਦੀ ਮਹਿਕ ਜਾਪਦੀ ਹੁੰਦੀ ਸੀ ਕਿਉਂਕਿ ਬਸ਼ੀਰਾ ਇਨਾ ਸਾਹਮਣੇ ਗੋਂਦਾ ਨਹੀਂ ਸੀ ਗੀਤ ਜਿਨ੍ਹਾਂ ਦੀ ਏ ਲੰਮ ਸਲਮੇ ਰੁੱਖਾ ਵਾਂਗ ਸੀ ਇਨਾ ਸਾਹਮਣੇ ਬਸ਼ੀਰਾ ਕੁਝ ਇੰਜ ਸੁੰਘੜ ਕੇ ਬੈੰਦਾ ਕਿ ਉਹਦਾ ਕਦ ਵੀ ਛੋਟਾ ਹੋ ਗਿਆ ਜਾਪਦਾ ਇਨਾ ਮੁੰਡਿਆਂ ਕੁੜੀਆਂ ਵਿੱਚੋਂ ਮੈਨੂੰ ਇੱਕ ਕੁੜੀ ਕਾਂਤੀ ਚੰਗੀ ਲੱਗਦੀ ਸੀ ਕਿਉਂਕਿ ਉਹ ਬਸ਼ੀਰੇ ਨਾਲ ਗੱਲ ਕਰਦੀ ਸੀ ਤਾਂ ਉਹਦੇ ਮੂੰਹ ਮੱਥੇ ਤੇ ਕੋਈ ਅਮੀਰੀ ਦੇ ਵਟ ਨਹੀਂ ਸੀ ਪੰਦੇ ਉਹਦੇ ਦਿਲ ਵਿੱਚ ਅੰਗਰੇਜ਼ੀ ਨਹੀਂ ਸੀ ਵਸੀ ਹੁੰਦੀ। ਉਹਨੇ ਮੇਰੇ ਲਈ ਲਿਆਂਦੀਆਂ ਸੁਗਾਤਾਂ ਵਿੱਚੋਂ ਰੰਗ-ਬਰੰਗੀ ਜਰਸੀ ਬਸ਼ੀਰੇ ਨੂੰ ਵੀ ਦਿੱਤੀ ਸੀ। ਕਾਂਤੀ ਇਸ ਤੋਂ ਮਗਰੋਂ ਜਦੋਂ ਵੀ ਹੱਸਦੀ ਉਹਦੇ ਹਾਸੇ ਵਿੱਚੋਂ ਵੀ ਮੈਨੂੰ ਬਾਸਮਤੀ ਦੇ ਖੇਤਾਂ ਦੀ ਮਹਿਕ ਆਉਣ ਲੱਗ ਪਈ ਸੀ। ਮੇਰਾ ਕਮਰਾ, ਮੇਰੀ ਅਲਮਾਰੀ, ਮੇਰਾ ਸੰਦੂਕ ਸਭ ਕੁਝ ਜਨਮ ਦਿਨ ਦੀਆਂ ਸੁਗਾਤਾਂ ਨਾਲ ਭਰ ਜਾਂਦੇ। ਪਰ ਮੈਨੂੰ ਇਸ ਲੈਣ ਤੋਂ ਵੱਧ ਤੋਂ ਵੱਧ ਆਨੰਦ ਆਪਣੇ ਜਨਮ ਦਿਨ ਤੇ ਬਸ਼ੀਰੇ ਨੂੰ ਕੁਝ ਯਾਰੀ ਦੀ ਨਿਸ਼ਾਨੀ ਵਜੋਂ ਦੇਣ ਵਿੱਚ ਆਉਂਦਾ ਮੈਂ ਇੱਕ ਵਾਰ ਉਹਨੂੰ ਬੜਾ ਵਧੀਆ ਫੁੱਟਬਾਲ ਦਿੱਤਾ ਫੁੱਟਬਾਲ ਦਾ ਤਾਂ ਉਮਦਾਰੀ ਸੀ ਤੇ ਇਹ ਲੈ ਕੇ ਉਹ ਬੜਾ ਖੁਸ਼ ਹੋਇਆ ਇਹ ਪਹਿਲਾ ਫੁੱਟਬਾਲ ਸੀ ਜਿਹੜਾ ਨਿਰੋਲ ਉਹਦਾ ਆਪਣਾ ਸੀ ਅਸੀਂ ਬਾਲਪਨ ਦੀਆਂ ਉਡਾਰੀਆਂ ਵਿੱਚ ਕਈ ਥਾਂ ਕਈ ਸ਼ਹਿਰ ਕਈ ਧਰਤੀਆਂ ਉੱਡ ਚੁੱਕੇ ਸਾਂ ਬਸ਼ੀਰਿਆ ਅਸੀਂ ਕਾਲਜ ਵਿੱਚ ਵੀ ਇਕੱਠੇ ਪੜਾਂਗੇ ਤੇ ਤੂੰ ਫੁੱਟਬਾਲ ਦੀ ਯੂਨੀਵਰਸਿਟੀ ਟੀਮ ਵਿੱਚ ਚੁਣਿਆ ਜਾਵੇਂਗਾ ਤੇ ਤੇਜ ਤੂੰ ਬੜੀਆਂ ਕਿਤਾਬਾਂ ਲਿਖੇਂਗਾ ਮੇਰਾ ਹਾਲ ਵੀ ਲਿਖੀ ਤੇਰੀਆਂ ਕਿਤਾਬਾਂ ਸਾਰੇ ਲੋਕ ਪੜਿਆ ਕਰਨਗੇ ਕਿਸੇ ਕੋਲ ਤੇਰੀ ਕਿਤਾਬ ਤੱਕ ਕੇ ਮੈਂ ਮਾਰ ਨਾਲ ਕੀ ਕਰਾਂਗਾ ਇਹ ਮੇਰੇ ਯਾਰ ਨੇ ਲਿਖੀ ਹੈ ਫੇਰ ਅਸੀਂ ਪ੍ਰਦੇਸਾਂ ਦੀ ਇਕੱਠੀ ਸੈਰ ਬਾਰੇ ਸੋਚਦੇ ਸਮੁੰਦਰ ਦੀਆਂ ਛੱਲਾਂ ਸੁਣਨ ਲੱਗ ਪੈਂਦੀਆਂ ਤੇ ਫੇਰ ਉਹ ਮੈਨੂੰ ਛੇੜਦਾ ਜਦੋਂ ਅਸੀਂ ਵਾਪਸ ਦੇਸ਼ ਪਰਤਦੇ ਹਾਂ ਜਹਾਜ਼ ਤੋਂ ਉਤਰਾਂਗੇ ਤਾਂ ਅੱਗੇ ਉਹ ਕੁੜੀ ਕਾਂਤੀ ਖਲੋਤੀ ਹੋਏਗੀ ਉਹ ਤੈਨੂੰ ਹਾਰ ਪਾਏਗੀ ਤੇ ਮੈਨੂੰ ਵੀ ਕਿਉਂਕਿ ਮੈਂ ਤੇਰਾ ਬੇਲੀਵਾ ਤੇ ਫੇਰ ਤੂੰ ਉਹਦੇ ਨਾਲ ਵਿਆਹ ਕਰਾ ਲਵੇਂਗਾ ਤੇ ਪਤਾ ਨਹੀਂ ਕਿਉਂ ਮੇਰੀਆਂ ਲਾਲ ਗੱਲਾਂ ਸੂਈਆਂ ਹੋ ਜਾਂਦੀਆਂ ਤੇ ਮੈਂ ਉਹ ਨੂੰ ਉਤੋਂ ਉਤੋਂ ਛਿੜਕਦਾ ਅਜੀਆਂ ਗੱਲਾਂ ਨਹੀਂ ਕਰੀਦੀਆਂ ਮੈਂ ਤੇਰੇ ਨਾਲ ਨਹੀਂ ਬੋਲਣਾ ਪਰ ਅੰਦਰੋਂ ਇਹ ਗੱਲ ਮੈਨੂੰ ਬੜਾ ਨਿੱਗ ਦਿੰਦੀ ਤੇ ਚੰਗੀ ਚੰਗੀ ਲੱਗਦੀ ਹੁੰਦੀ ਸੀ ਇੱਕ ਦਿਨ ਪਸ਼ੀਰਾ ਸਕੂਲੇ ਨਾ ਆਇਆ ਤੇ ਫਿਰ ਦੂਜੇ ਦਿਨ ਵੀ ਨਾ ਮਲੇਰੀਆ ਬੁਖਾਰ ਦਾ ਮੌਸਮ ਸੀ ਮੈਂ ਜਾਂਦਾ ਤਾਪ ਚੜ ਗਿਆ ਹੋਣਾ ਸੋ ਉਹਦਾ ਪਿੰਡ ਮੇਰੇ ਤੋਂ ਤਿੰਨ ਕੋਹ ਤੇ ਸੀ ਤੇ ਨਾਲੇ ਮੈਂ ਵੀ ਕੁਝ ਢਿੱਲਾ ਮਠਾ ਸਾਂ ਆਪੇ ਪਤਾ ਕਰਨ ਨਾ ਜਾ ਸਕਿਆ 4 5 7 3 ਲੰਘ ਗਏ ਮੈਂ ਉਡੀਕਦਾ ਰਿਆ ਪਰ ਬਸ਼ੀਰਾ ਫਿਰ ਵੀ ਨਾ ਆਇਆ ਮੈਨੂੰ ਬੜਾ ਫਿਕਰ ਹੋਇਆ ਨਾਲੇ ਮੈਂ ਉਸ ਬਾਦ ਚੋਂ ਕੁਝ ਉਧਰ ਵੀ ਗਿਆ ਸੀ ਮੈਂ ਉਹਦੇ ਪਿੰਡ ਚਲਾ ਗਿਆ ਬਾਹਰ ਵਾਰ ਚਰਾਣ ਵਿੱਚ ਹੀ ਬਸ਼ੀਰਾ ਇੱਕ ਮੱਝ ਚਰਾਉਂਦਾ ਮਿਲ ਪਿਆ ਮੈਂ ਉਹਨੂੰ ਪੁੱਛਿਆ ਬਸ਼ੀਰਿਆ ਤੂੰ ਸਕੂਲੇ ਕਿਉਂ ਨਹੀਂ ਆਉਂਦਾ ਤੇ ਉਹਨੇ ਜਵਾਬ ਦਿੱਤਾ ਮੇਰੇ ਮੀਏ ਨੇ ਮੱਝ ਖਰੀਦ ਲਈ ਹੈ ਮੈਨੂੰ ਉਦੋਂ ਉਹਦੀ ਗੱਲ ਸਮਝ ਨਹੀਂ ਆਈ ਮੀਨੇ ਮੱਝ ਖਰੀਦ ਲਈ ਐ ਮੱਝ ਦਾ ਜੋੜ ਮੇਰੀ ਦੁਨੀਆ ਵਿੱਚ ਦੁੱਧ ਲੱਸੀ ਨਾਲ ਹੀ ਸੀ ਪਰ ਬਸ਼ੀਰੇ ਦੀ ਦੁਨੀਆ ਵਿੱਚ ਤੇ ਕਿੰਨੇ ਹੀ ਲੋਕ ਇਸ ਦੁਨੀਆ ਵਿੱਚ ਵਸਦੇ ਸਨ ਜਿਨ੍ਹਾਂ ਲਈ ਮੱਝ ਦਾ ਜੋੜ ਦੁੱਧ ਪੀਣ ਨਾਲ ਨਹੀਂ ਘਰ ਦੇ ਗੁਜ਼ਾਰੇ ਖਾਤਰ ਠੇਕੇਦਾਰ ਕੋਲ ਸਾਰਾ ਦੁੱਧ ਵੇਚ ਦੇਣ ਨਾਲ ਸੀ ਸਿੱਪੀ ਸਿੱਪੀ ਦੁੱਧ ਲਈ ਤਰਸਣ ਨਾਲ ਸੀ ਸਕੂਲੋਂ ਹਟਣ ਤੇ ਬੇਲੀਆਂ ਤੋਂ ਵਿਛੜਣ ਨਾਲ ਸੀ ਬਸ਼ੀਰਿਆ ਉਹ ਫੁੱਟਬਾਲ ਜਿਹੜਾ ਮੈਂ ਤੈਨੂੰ ਦਿੱਤਾ ਸੀ ਉਹ ਤੇਰਾ ਪਹਿਲਾ ਤੇ ਅਖੀਰਲਾ ਫੁੱਟਬਾਲ ਸੀ ਸ਼ਾਇਦ ਹਾਲੀ ਵੀ ਉਹ ਸੁਗੜਿਆ ਹੋਇਆ ਤੇਰੇ ਦਿਲ ਦੀ ਕਿਸੇ ਨੁਕਰੇ ਅਡੋਲ ਪਿਆ ਹੋਣਾ ਹੈ ਤੇ ਤੇਰੇ ਪੈਰਾਂ ਵਿੱਚ ਕਿੱਕ ਮਾਰਨ ਦੀ ਸੱਦਰ ਕੜਵਲ ਪਾਉਂਦੀ ਹੋਵੇਗੀ ਬਸ਼ੀਰਿਆ ਮੈਂ ਤੈਨੂੰ ਫੁੱਟਬਾਲ ਤਾਂ ਦਿੱਤਾ ਪਰ ਮੈਂ ਕਲਾ ਤੈਨੂੰ ਖੇਡਣ ਦੀ ਵੇਲ ਨਹੀਂ ਸਾਂ ਦੇ ਸਕਦਾ ਤੂੰ ਕਾਲਜ ਨਾ ਜਾ ਸਕਿਆ ਯੂਨੀਵਰਸਿਟੀ ਦੇ ਟੀਮ ਵਿੱਚ ਨਾ ਜਾ ਸਕਿਆ ਮੈਂ ਤੇਰਾ ਯਾਰ ਤੇਜ ਲਿਖਣ ਲੱਗ ਪਿਆ ਹਾਂ ਚੇਤਾ ਹੀ ਤੂੰ ਕਿਹਾ ਸੀ ਮੇਰਾ ਹਾਲ ਲਿਖੀ ਮੈਂ ਤੇਰਾ ਹਾਲ ਲਿਖਾਂਗਾ ਤੇ ਸਿਰਫ ਲਿਖਾਂਗਾ ਹੀ ਨਹੀਂ ਮੈਂ ਆਪਣੀ ਲੇਖਣੀ ਰਾਹੀਂ ਉਹ ਜ਼ਿੰਦਗੀ ਲਿਆਉਣ ਲਈ ਸੰਗਰਾਮ ਕਰਾਂਗਾ ਜਿਸ ਵਿੱਚ ਠੇਕੇਦਾਰ ਸਾਰਾ ਦੁੱਧ ਨਹੀਂ ਚੁਕਾ ਲੈ ਜਾਣਗੇ ਤੇ ਬਸ਼ੀਰੇ ਦੁੱਧ ਪੀਣਗੇ ਜਿੱਥੇ ਕਿੱਕ ਮਾਰਨ ਦੀ ਸੱਦਰ ساری ਉਮਰ ਕਿਸੇ ਦੇ ਪੈਰਾਂ ਨੂੰ ਕੜਵਲ ਨਹੀਂ ਪਾੰਦੀ ਰਹੇਗੀ ਤੇ ਜਿੱਥੇ ਬਸ਼ੀਰੇ ਦੇ ਬਾਲਮੰਦੀਆਂ ਉਡਾਰੀਆਂ ਨੂੰ ਇੱਕ ਸੰਗਲ ਪਾ ਕੇ ਮੱਝ ਤੇ ਕਿੱਲੇ ਨਾਲ ਕੋਈ ਨਹੀਂ ਬੰਨ ਸਕੇਗਾ ਧੰਨਵਾਦ